ਫਰਮਾ ਰਿਹਾ ਹੈ ਕਿ ਜੋ ਕੁਛ ਵੀ ਤੂੰ ਕਰਦਾ ਹੈ ਇਹ ਸਭ ਵਿਰਥ ਹੈ, ਕਿਸੇ ਟਿਕਾਣੇ ਨਹੀਂ ਲੱਗਦਾ ਭਾਈ। ਐਵੇਂ ਹੀ ਤੇਰੀ ਜ਼ਿੰਦਗੀ ਚਲਾ ਜਾਂਦੀ ਹੈ। ਜੋ ਕੰਮ ਕਰਨਾ ਹੈ ਸੋ ਅਸੀਂ ਕਰਦੇ ਨਹੀਂ, ਜਿਹੜੇ ਫਜ਼ੂਲ ਕੰਮ ਨੇ ਉਹਨਾਂ ਦੇ ਵਿੱਚ ਸਾਡੀ ਜ਼ਿੰਦਗੀ ਭੁਗਤ ਜਾਂਦੀ ਹੈ। ਬਾਬੇ ਫਰੀਦ ਨੇ ਫਰਮਾਇਆ, ਬੁੱਢਾ ਹੋਇਆ ਫਰੀਦ ਕੰਬਣ ਲੱਗੀ ਦੇ, ਸਹਿ ਬਣਿਆ ਜੀਵਣਾ ਜੇ ਤਨ ਵੀ ਹੋ ਸਿੱਖੇ। ਸਹਿ ਬਰੇ ਜੀ ਕੇ ਵੀ ਇਹ ਕਰਮ ਕਰਕੇ ਸਾਡਾ ਕੁਝ ਨਹੀਂ ਬਣ ਸਕਦਾ। ਇਹ ਆਖਰ ਸਰੀਰ ਮਿੱਟੀ 'ਚ ਮਿਲਣਾ ਹੀ ਮਿਲਣਾ ਹੈਗਾ, ਪਰ ਸਾਡਾ ਕੰਮ ਨਹੀਂ ਬਣੇਗਾ। ਸਾਡਾ ਕੰਮ ਤਦ ਬਣ ਸਕਦਾ ਜੋ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਸ਼ਬਦ ਦੇ ਨਾਲ ਤੇਰੇ ਕਨਸ਼ਕਨ ਜੁੜਨਾ ਚਾਹੀਦਾ। ਉਹ ਸ਼ਬਦ ਸੱਚਖੰਡ ਦੇਸ਼ 'ਚੋਂ ਆ ਰਿਹਾ ਹੈ ਔਰ ਜਾ ਰਿਹਾ। ਜਦ ਅਸੀਂ ਉਸ ਸ਼ਬਦ ਨਾਲ ਜੁੜਾਂਗੇ ਇੱਕ ਦਿਨ ਅਸੀਂ ਜ਼ਰੂਰ ਆਪਣੇ ਦੇਸ਼ ਪਹੁੰਚ ਜਾਵਾਂਗੇ। ਅਸੀਂ ਕਦੇ ਪਿੱਛੇ ਨਹੀਂ ਰਹਿ ਸਕਦੇ, ਪਰ ਕਨਸ਼ਕਨ ਜੁੜਨਾ ਚਾਹੀਦਾ। ਵਿਕਣਾ ਤੀਸ ਲੋਹਾ ਜਿਹੜਾ ਤੁਸੀਂ ਦੇਖਦੇ ਹੋ ਉਹ ਦੂਸਰੇ ਲੋਹੇ ਨੂੰ ਖਿੱਚ ਕੇ ਆਪਣੇ ਪਾਸ ਲਿਆਉਂਦਾ ਹੈ, ਪਰ ਜੇ ਉਹਦੇ ਵਿੱਚ ਗੰਢੇ ਦੀ ਝਿਲੀ ਦਾ ਪਰਦਾ ਰੱਖ ਦਿਓ ਤਾਂ ਉਹ ਦੂਸਰੇ ਲੋਹੇ ਨੂੰ ਖਿੱਚ ਨਹੀਂ ਸਕਦਾ। ਇਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਵੀ ਫਰਮਾਇਆ ਕਿ ਮੈਂ ਮੇਰੀ ਨੂੰ ਛੱਡ ਕੇ ਭਜਨ ਕਰ। ਉਹ ਮੈਂ ਮੇਰੀ ਦਾ ਸਾਡਾ ਪਰਦਾ ਜਿਹੜਾ ਵਿੱਚ, ਜਦ ਤੱਕ ਉਹ ਸਾਫ ਨਹੀਂ ਹੁੰਦਾ ਇੰਨੇ ਚਿਰ ਸਾਡਾ ਕਨਸ਼ਕਨ ਉਸ ਸ਼ਬਦ ਨਾਲ ਨਹੀਂ ਜੁੜਦਾ। ਅਸੀਂ ਆਪਣੇ ਆਪ ਨੂੰ ਕਮਜ਼ੋਰ ਕਹਿਣਾ ਹੈ। ਜਿਸ ਤਰ੍ਹਾਂ ਮਹਾਰਾਜ ਚੌਥੀ ਪਾਤਸ਼ਾਹੀ ਨੇ ਫਰਮਾਇਆ ਹੈ ਕਿ ਹੈ ਮੇਰੇ ਮਾਲਕ, ਮੈਂ ਕੁਝ ਵੀ ਨਹੀਂ, ਲੋਹੇ ਦੀ ਮੈਲ ਦੱਸਿਆ ਹੈ। ਲੋਹੇ ਦੀ ਮੈਲ ਜਿਹੜੀ ਹੈ ਉਹ ਕਿਸੇ ਕੰਮ ਨਹੀਂ ਆਉਂਦੀ, ਕੋਈ ਗੁਣ ਨਹੀਂ ਸਾਡੇ ਵਿੱਚ, ਅਸੀਂ ਲੋਹੇ ਦੀ ਮੈਲ ਹਾਂ। ਪਰ ਮਿਲ ਸਤਿਗੁਰ ਕੈਂਚਨ ਕੀਜੇ, ਸਤਿਗੁਰ ਦੇ ਨਾਲ ਮਿਲੇ ਅਸੀਂ ਪਾਰਸ ਬਣ ਗਏ। ਲੋਹੇ ਦੀ ਮੈਲ ਜਿਹੜੀ ਹੁੰਦੀ ਹੈ ਉਹ ਕਿਸੇ ਕੰਮ ਨਹੀਂ ਆਉਂਦੀ, ਉਹ ਭਾਵੇਂ ਜਿੰਨਾ ਚਿਰ ਮਰਜ਼ੀ ਜ਼ਮੀਨ 'ਚ ਦੱਬ ਦਿਓ ਕਦੇ ਖੁੱਲ੍ਹਦੀ ਨਹੀਂ ਹੈਗੀ। ਆਪਣੇ ਕਰਮ ਗੁਰੂ ਸਾਹਿਬ ਜੀ ਫਰਮਾਉਂਦੇ ਆ, ਹੈ ਮੇਰੇ ਸਤਿਗੁਰ, ਅਸੀਂ ਉਸ ਮਨੂਰ ਦੀ ਤਰ੍ਹਾਂ, ਸਾਡੇ 'ਚ ਕੋਈ ਗੁਣ ਨਹੀਂ, ਪਰ ਮਿਲ ਸਤਿਗੁਰ ਪਾਰਸ ਕੀਜੇ, ਕਿ ਅਸੀਂ ਸਤਿਗੁਰ ਦੇ ਨਾਲ ਮਿਲੇ, ਉਹਨਾਂ ਦਾ ਕਹਿਣਾ ਮੰਨਿਆ ਤਾਂ ਅਸੀਂ ਪਾਰਸ ਬਣ ਗਏ, ਕੈਂਚਣ ਬਣ ਗਏ, ਸੋਨਾ ਬਣ ਗਏ। ਲੋਹੇ ਦੀ ਮੈਲ ਜਿਹੜੀ ਹੁੰਦੀ ਆ ਉਹਨੂੰ ਮਨੂਰ ਕਿਹਾ ਜਾਂਦਾ, ਉਹ ਇੰਨੀ ਸਖਤ ਹੋ ਜਾਂਦੀ ਹੈ ਕਿ ਉਹ ਕਿਸੇ ਕੰਮ 'ਚ ਨਹੀਂ ਆ ਸਕਦੀ। ਦੇਖੋ ਸੰਤ ਆਪਣੇ ਆਪ ਨੂੰ ਕਿਤਨਾ ਗਰਾਉਂਦੇ ਹੈ, ਕਿਤਨਾ ਕਮਜ਼ੋਰ ਦੱਸਦੇ ਹੈ, ਮਾਣ ਕਰਕੇ ਅਸੀਂ ਨਹੀਂ ਲੈ ਸਕਦੇ ਕੁਝ ਵੀ, ਬੇਮਾਨੇ ਹੋਣਾ ਪੈਂਦਾ ਹੈ, ਕਿਸੇ ਚੀਜ਼ ਦਾ ਵੀ ਮਾਣ ਨਹੀਂ ਕਰਨਾ ਪੈਂਦਾ। ਨਾ ਅਸੀਂ ਇਹ ਦੇਸ਼ ਦਾ ਮਾਣ ਕਰੀਏ, ਨਾ ਆਪਣੇ ਸਰੀਰ ਦਾ ਮਾਣ ਕਰੀਏ, ਨਾ ਦੌਲਤ ਮਾਇਆ ਦਾ ਮਾਣ ਕਰੀਏ, ਇਹ ਸਭ ਨਾਸ਼ਵਾਨ ਹੈ।
ਸਾਡਾ ਸਰੀਰ ਵੀ ਕੀ ਹੈਗਾ। ਸਵਾਮੀ ਜੀ ਇੱਕ ਸ਼ਬਦ ਫਰਮਾਉਂਦੇ ਮਨ ਦੀ ਹਾਲਤ, ਹੈ ਮਨ ਤੂੰ ਕਿਸ ਚੀਜ਼ ਦਾ ਮਾਣ ਕਰਦਾ ਹੈ, ਕਿਹੜੀ ਚੀਜ਼ ਤੇਰੇ ਸਾਥ ਆਈ, ਕਿਹੜੇ ਚੀਜ਼ ਤੇਰੇ ਸਾਥ ਜਾਣੀ ਹੈ। ਜੇ ਸਰੀਰ ਦਾ ਮਾਣ ਕਰਦਾ ਹੈ, ਇਹ ਸਰੀਰ ਨੇ ਮਿੱਟੀ 'ਚ ਮਿਲ ਜਾਣਾ ਔਰ ਤੇਰੀ ਰੂਹ ਆਤਮਾ ਜਿਹੜੀ ਹੈ ਉਸਨੂੰ ਰਾਸੀ 'ਚ ਜਾਣਾ ਪੈਣਾ। ਕਿਹੜੀ ਚੀਜ਼ ਦਾ ਮਾਣ ਕਰਦਾ ਹੈ ਤੂੰ? ਫਕੀਰ ਮਾਣ ਨਹੀਂ ਕਰਦੇ, ਉਹ ਮਾਣ ਕਰਦੇ ਹੈ ਆਪਣੇ ਪਰਮਾਤਮਾ ਦਾ, ਤੇਰੇ ਉੱਤੇ ਬਹੁ ਮਾਨੀ ਹੈ, ਹੈ ਪ੍ਰਭੂ, ਹੈ ਮੇਰੇ ਮਾਲਕ, ਮੇਰਾ ਮਾਣ ਤੇਰੇ 'ਤੇ ਹੈ, ਹੋਰ ਕਿਸੇ ਚੀਜ਼ 'ਤੇ ਮਾਣ ਨਹੀਂ ਹੈ। ਹਾਂਜੀ ਬਿਤਾਵੇ ਆਪਣੀ ਲਗੇ ਨਾ ਕਬੀ ਠਿਕਾਨ। ਗੁਰੂ ਸਾਹਿਬ ਜੀ ਸਾਫ ਕਹਿ ਰਿਹਾ ਕਿ ਤੇਰੀ ਐਵੇਂ ਹੀ ਉਮਰ ਚਲਾ ਜਾਏਗੀ, ਕਿਸੇ ਟਿਕਾਣੇ ਨਹੀਂ ਲੱਗੇਗੀ, ਕੋਈ ਫਾਇਦਾ ਨਹੀਂ ਜਨਮ ਦਾ। ਜੇ ਮਨੁੱਖਾ ਜਨਮ ਵੀ ਲਿਆ ਤਾਂ ਅਸੀਂ ਜੋ ਵੀ ਕਰਮ ਕਰਦੇ ਹਾਂ ਆਪਣੀ ਮਰਜ਼ੀ ਦੇ ਨਾਲ, ਉਹ ਸਾਡੇ ਕਰਮ ਜਿਹੜੇ ਹੈ ਸਾਨੂੰ ਕੁਛ ਨਹੀਂ ਕਰ ਸਕਦੇ, ਕੁਛ ਨਹੀਂ ਉਹਨਾਂ ਨਾਲ ਮਿਲ ਸਕਦਾ। ਅਸੀਂ ਸਤਿਗੁਰ ਦੇ ਕਹਿਣੇ ਕਰਮ ਕਰੀਏ, ਜੋ ਸਾਨੂੰ ਦੱਸਣ, ਜੋ ਸਾਡੇ 'ਤੇ ਜਿਸ ਤਰ੍ਹਾਂ ਵੀ ਸਾਨੂੰ ਸਮਝਾਉਣ, ਉਸ ਤਰ੍ਹਾਂ ਹੀ ਅਸੀਂ ਕਰਮ ਕਰੀਏ, ਫਿਰ ਸਾਨੂੰ ਕੋਈ ਫਾਇਦਾ ਮਿਲ ਸਕਦਾ, ਨਹੀਂ ਤਾਂ ਨਹੀਂ। ਹਾਂਜੀ ਬਿਰਥਾ ਬੈਸ ਬਤਾਵੇ ਆਪਣੀ ਲਗੇ ਨਾ ਕਭੀ ਠਿਕਾਨ। ਸੰਤ ਬਿਨਾ ਸਭ ਪਟਕੇ ਡੋਲੇ, ਬਿਨਾ ਸੰਤ ਨਹੀਂ ਸ਼ਬਦ ਪਛਾਣ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ, ਭਾਈ ਸੰਤਾਂ ਦੇ ਬਿਨਾਂ ਸਾਰੇ ਭਟਕੇ ਖਾਂਦੇ ਹਾਂ, ਅਸੀਂ ਡੋਲਦੇ ਰਹਿੰਦੇ ਹਾਂ, ਬਿਨਾਂ ਸੰਤ ਨਹੀਂ ਸ਼ਬਦ ਪਛਾਣ। ਸੰਤਮਾਂ ਪੁਰਖ ਹੀ ਉਸ ਸ਼ਬਦ ਦੀ ਪਛਾਣ ਕਰਦੇ ਹੈ, ਔਰ ਅਸੀਂ ਉਹਨਾਂ ਦੀ ਸ਼ਰਨ ਲੈ ਕੇ, ਉਹਨਾਂ ਪਾਸੋਂ ਅਸੀਂ ਜੁਗਤੀ ਲੈ ਕੇ, ਅਸੀਂ ਵੀ ਮਿਹਨਤ ਕਰੀਏ, ਅਸੀਂ ਵੀ ਉਸ ਸ਼ਬਦ ਦੀ ਪਛਾਣ ਕਰੀਏ ਕਿ ਉਹ ਕੀ ਚੀਜ਼ ਹੈ, ਕਿਹੜੀ ਤਾਕਤ ਹੈ, ਕਿਹੜੀ ਪਾਵਰ ਹੈ ਉਹ ਪਰਮਾਤਮਾ ਨੇ ਬਣਾਈ ਹੋਈ ਕਿ ਜਿਹਦੇ ਨਾਲ ਸਾਡੀ ਕਲਿਆਣ ਹੋ ਸਕਦੀ ਹੈ, ਉਹ ਸੰਤਾਂ ਮਹਾਂਪੁਰਖਾਂ ਨੂੰ ਪਤਾ ਹੈ। ਹਾਂਜੀ ਸੰਤ ਬਿਨਾ ਸਭ ਪਟਕੇ ਡੋਲੇ, ਬਿਨਾ ਸੰਤ ਨਹੀਂ ਸ਼ਬਦ ਪਛਾਣ। ਸ਼ਬਦ ਸ਼ਬਦ ਮੈਂ ਸ਼ਬਦ ਹੀ ਗਾਉਂ, ਤੂੰ ਵੀ ਸੁਰਤ ਲਗਾ ਲੇ ਤਾਨ। ਦੇਖੋ ਗੁਰੂ ਸਾਹਿਬ ਜੀ ਸਾਨੂੰ ਕਿਸ ਤਰੀਕੇ ਨਾਲ ਸਮਝਾ ਰਹੇ ਹੈ ਕਿ ਮੈਂ ਸ਼ਬਦ ਸ਼ਬਦ ਹੀ ਗਾ ਰਿਹਾ, ਮੈਂ ਕੁਛ ਹੋਰ ਨਹੀਂ ਕਹਿ ਰਿਹਾ, ਤੂੰ ਵੀ ਆਪਣੀ ਸੁਰਤ ਨੂੰ ਬਿਲਕੁਲ ਤਾਣ ਕੇ ਸੁਣ,
ਜਿਸ ਤਰ੍ਹਾਂ ਅਸੀਂ ਬਾਕੀ ਕੰਮ ਕਰਦੇ ਹਾਂ ਆਪਣੇ ਸਰੀਰ ਨੂੰ ਬਿਲਕੁਲ ਕਾਇਮ ਕਰਕੇ, ਇਸੇ ਤਰ੍ਹਾਂ ਹੀ ਅਸੀਂ ਉਸ ਸ਼ਬਦ ਨੂੰ ਸੁਣਨਾ ਹੈ। ਬਹੁਤ ਸਾਰੇ ਲੋਕ ਕਈ ਵਾਰੀ ਅਰਜ਼ਾਂ ਕਰਦੇ ਹੈ ਜੇ ਅਸੀਂ ਭਜਨ ਬੈਠਦੇ ਹਾਂ ਸਾਨੂੰ ਨੀਂਦ ਆ ਜਾਂਦੀ। ਮੈਂ ਸੋਚਦਾ ਵੀ ਕਿਹੜੀ ਕਈ ਕੁਹਾੜੀ ਬਾਂਹਦਿਆਂ ਨੀਂਦ ਨਹੀਂ ਆਉਂਦੀ, ਰੋਟੀ ਖਾਂਦਿਆਂ ਨੀਂਦ ਨਹੀਂ ਆਉਂਦੀ, ਤੁਰਦਿਆਂ ਫਿਰਦਿਆਂ ਨੀਂਦ ਨਹੀਂ ਆਉਂਦੀ, ਗੱਡੀਆਂ ਮੋਟਰਾਂ ਚਲਾਉਂਦਿਆਂ ਨੀਂਦ ਨਹੀਂ ਆਉਂਦੀ, ਅਤੇ ਭਜਨ ਬੈਠਿਆਂ ਹੀ ਨੀਂਦ ਆਉਂਦੀ ਹੈ। ਉਹਦਾ ਚਾਰਾ ਕਰੋ, ਤਰੀਕਾ ਸੋਚੋ, ਆਉਂਦੀ ਹੈ ਨੀਂਦ, ਉੱਠ ਕੇ ਫਿਰ ਹੱਥ ਮੂੰਹ ਧੋ ਕੇ ਫਿਰ ਬੈਠੋ, ਤਕੜੇ ਹੋ ਕੇ ਬੈਠੋ। ਆਹ ਸਵਾਮੀ ਜੀ ਮਹਾਰਾਜ ਕੀ ਫਰਮਾ ਰਹੇ ਕਿ ਮੈਂ ਸ਼ਬਦ ਸ਼ਬਦ ਹੀ ਕਿਹਾ, ਮੈਂ ਹੋਰ ਕੁਛ ਨਹੀਂ ਕਿਹਾ। ਤੂੰ ਵੀ ਆਪਣੀ ਸੁਰਤ ਨੂੰ ਸ਼ਬਦ ਨਾਲ ਲਾ ਦੇ, ਔਰ ਲਾ ਦੇ ਤਾਣ ਕੇ ਜ਼ਰਾ ਚੰਗੀ ਤਰ੍ਹਾਂ, ਤਕੜਾ ਹੋ ਕੇ, ਕਮਜ਼ੋਰੀ ਨਾ ਦੱਸੀ। ਜਦੋਂ ਅਸੀਂ ਕਮਜ਼ੋਰ ਦਿਲ ਕਰਦੇ ਹਾਂ ਆਪਣੇ ਆਪ ਨੂੰ ਆਰਸ਼ ਵਿੱਚ ਲਿਆਉਂਦੇ ਹਾਂ, ਫਿਰ ਅਸੀਂ ਸ਼ਬਦ ਨਹੀਂ ਸੁਣ ਸਕਦੇ। ਹਾਂਜੀ, ਸ਼ਬਦ ਸ਼ਬਦ ਮੈਂ ਸ਼ਬਦ ਹੀ ਗਾਉਂ, ਤੂੰ ਵੀ ਸੁਰਤ ਲਗਾ ਦੇ ਤਾਨ, ਕਰ ਪਾਵੇ ਚੌਰਾਸੀ ਛੂਟੇ, ਜਨਮ ਮਰਨ ਕੀ ਹੋਵੇ ਹਾਨ। ਗੁਰੂ ਸਾਹਿਬ ਜੀ ਸਭ ਕੁਝ ਸਮਝਾ ਕੇ ਦੇਖੋ ਕਿੱਥੇ ਟਿਕਾਣੇ ਸਿਰ ਲਿਆਇਆ ਕਿ ਭਾਈ ਤੂੰ ਆਪਣਾ ਘਰ ਪਾ ਲਏਗਾ, 84 ਤੂੰ ਛੁੱਟ ਜਾਏਗਾ, ਆਪਣੇ ਦੇਸ਼ ਚਲਾ ਜਾਏਗਾ, ਬਾਰੋਂ ਬਾਰ ਤੈਨੂੰ ਜਨਮ ਨਾ ਲੈਣਾ ਪਏਗਾ, ਬਾਰੋਂ ਬਾਰ ਧਰਮ ਰਾਜੇ ਦੇ ਪੇਸ਼ ਨਾ ਆਉਣਾ ਪਏਗਾ, ਆਪਣੇ ਦੇਸ਼ ਚਲਾ ਜਾਏਗਾ। ਪਰ ਜੇ ਸ਼ਬਦ ਦੀ ਕਮਾਈ ਕਰੇਗਾ ਤਦ, ਉਹ ਸ਼ਬਦ ਨਾਲ ਮਿਹਨਤ ਕਰੇਗਾ, ਉਹ ਸ਼ਬਦ ਸੁਣ ਔਰ ਤਕੜਾ ਹੋ ਕੇ ਸੁਣ। ਹਾਂਜੀ, ਕਰ ਪਾਵੇ 84 ਛੂਟੇ, ਜਨਮ ਮਰਨ ਕੀ ਹੋਵੇ ਹਾਨ, ਰਾਧਾ ਸੁਆਮੀ ਕਹੇ ਬੁਝਾਈ, ਬਿਨਾ ਸੰਤ ਸਭ ਪਟ ਕੇ ਖਾਨ। ਸਵਾਮੀ ਜੀ ਮਹਾਰਾਜ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਕਹਿ ਕੇ ਸਮਝਾ ਦਿੱਤਾ ਹੈ, ਬਗੈਰ ਸੰਤਾਂ ਮਹਾਂਪੁਰਖਾਂ ਦੇ, ਬਗੈਰ ਉਸ ਸ਼ਬਦ ਦੇ ਸਭ ਜੀਵ ਅਸੀਂ ਪੜ੍ਹ ਕੇ ਖਾ ਰਹੇ ਹਾਂ, ਪੜ੍ਹ ਕੇ ਰਹੇ ਹਾਂ, ਕੋਈ ਕੋਈ ਕੰਮ ਕਰ ਰਿਹਾ, ਕੋਈ ਕੋਈ ਕਰ ਰਿਹਾ, ਔਰ ਵਿਸ਼ਵਾਸ ਕਿਸੇ ਨੂੰ ਵੀ ਨਹੀਂ ਕਿਸੇ ਕੰਮ 'ਤੇ। ਬਗੈਰ ਸੰਤਾਂ ਮਹਾਂਪੁਰਖਾਂ ਦੇ ਅਸੀਂ ਧੱਕੇ ਹੀ ਖਾ ਰਹੇ ਹਾਂ। ਹਾਂਜੀ, ਰਾਧਾ ਸੁਆਮੀ ਕਹੇ ਬੁਝਾਈ, ਬਿਨਾ ਸੰਤ ਸਭ ਫਟ ਕੇ ਖਾਨ।